ਸਬ ਤਹਿਸੀਲ ਗੁਰੈਂ ਵਿਖੇ ਉਸ ਸਮੇਂ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਜਦੋਂ ਸਬ ਤਹਿਸੀਲ ਗੁਰੈਂ ਦੇ ਬਿਲਕੁਲ ਨਾਲ ਹੀ ਪਰਾਲੀ ਨਾਲ ਲੱਦੀ ਹੋਈ ਖੜ੍ਹੀ ਇੱਕ ਟਰੈਕਟਰ ਟਰੈਲੀ ਨੂੰ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਸੰਬੰਧੀ ਜਾਣਕਾਰੀ ਦਿੰਦਿਆਂ ਟਰੈਕਟਰ ਟਰੈਲੀ ਦੇ ਮਾਲਕ ਦੀਪਾ ਵਾਸੀ ਪਿੰਡ ਡੱਲੇਵਾਲ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਗਿਆ ਹੋਇਆ ਸੀ ਅਤੇ ਉਸ ਨੂੰ ਫੋਨ ਆਇਆ ਕਿ ਉਸ ਦੇ ਟਰੈਕਟਰ ਟਰੈਲੀ ਨੂੰ ਲੱਦੀ ਪਰਾਲੀ ਨੂੰ ਅੱਗ ਲੱਗ ਗਈ ਹੈ। ਜਿਸ ਤੋਂ ਬਾਅਦ ਜਦੋਂ ਉਸ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਪਰਾਲੀ ਨੂੰ ਅੱਗ ਲੱਗੀ ਹੋਈ ਸੀ ਅਤੇ ਉਸ ਦੇ ਟਰੈਕਟਰ ਟਰੈਲੀ ਦੇ ਟਾਇਰ ਵੀ ਸੜ ਚੁੱਕੇ ਸਨ। ਉਸ ਨੇ ਕਿਹਾ ਕਿ ਉਸ ਦੀਆਂ 4 ਟਰੈਲੀਆਂ ਇੱਥੇ ਲੱਦੀਆਂ ਹੋਈਆਂ ਖੜ੍ਹੀਆਂ ਸਨ, ਜਦਕਿ ਬਾਕੀ ਟਰੈਲੀਆਂ ਉਹ ਪਿੰਡ ਲੈ ਗਿਆ ਸੀ। ਉਸ ਨੇ ਦੋਸ਼ ਲਗਾਇਆ ਕਿ ਇਹ ਕਿਸੇ ਦੀ ਸ਼ਰਾਰਤ ਕਾਰਨ ਹੀ ਹੋਇਆ ਹੈ। ਉਸ ਨੇ ਕਿਹਾ ਕਿ ਫਾਇਰ ਬ੍ਰਿਗੇਡ ਦੀ ਗੱਡੀ ਜੋ ਕਿ ਫਲੋਰ ਤੋਂ ਆਈ ਸੀ ਉਹ ਸਿਰਫ 10 ਮਿੰਟ ਹੀ ਚੱਲੀ ਅਤੇ ਉਸ ਵਿੱਚੋਂ ਪਾਣੀ ਮੁੱਕ ਗਿਆ। ਦੀਪੇ ਮੁਤਾਬਕ ਇਸ ਅੱਗ ਨਾਲ ਉਸ ਦਾ 50,000 ਰੁਪਏ ਦਾ ਨੁਕਸਾਨ ਹੋ ਗਿਆ। ਦੀਪਾ ਨਾਂ ਆ, ਡੱਲੇਵਾਲ ਪਿੰਡ ਆ। ਇੱਥੇ ਪਰਾਲੀ ਦੇ ਟਰਾਲੇ ਮੇਰੇ 4 ਲੱਦੇ ਉਹ ਖੜ੍ਹੇ ਸੀਗੇ, ਜਿੱਦਾਂ ਬਾਕੀ ਮੈਂ ਪਿੰਡ ਲੈ ਗਿਆ ਅਤੇ ਇਹ ਪਤਾ ਨਹੀਂ ਕਿਸੇ ਨਿਆਣੇ ਨੇ ਹਲਤ ਕਰਤੀ ਆ, ਪਤਾ ਨਹੀਂ ਕੀ ਹੋਇਆ ਅਤੇ ਇੱਕ ਟਰਾਲੇ ਨੂੰ ਅੱਗ ਲੱਗੀ। ਮੈਂ ਹੁਸ਼ਿਆਰਪੁਰ ਗਿਆ, ਮੈਂ ਤਾਂ ਫੋਨ ਕਿਹਾ ਤਾਂ ਮੈਂ ਤਾਂ ਹੁਣ ਉੱਥੋਂ ਇੱਥੇ ਨੂੰ ਆਇਆ ਦੁਬਾਰਾ। ਕਿੰਨਾ ਕੁ ਭਾਅ ਜੀ ਨੁਕਸਾਨ ਹੋ ਗਿਆ? ਨੁਕਸਾਨ ਹੋ ਗਿਆ ਇਹਦੇ ਵਿੱਚ 50,000 ਦਾ, 25,000 ਦੇ ਟਾਇਰ ਲੂ ਹੋ ਗਿਆ, 25,000 ਦੀ ਪਰਾਲੀ ਲੂ ਹੋ ਗਈ। ਬਾਕੀ ਕਿੰਨਾ ਟਾਈਮ ਚੱਲਦੀ ਹੈ ਅੱਗ ਨੂੰ? ਤਾਂ ਹੋ ਗਿਆ ਘੱਟੋ ਡੇਢ ਘੰਟਾ ਚੱਲਦੀ ਨੂੰ। ਫਾਇਰ ਗ੍ਰੇਡ ਆਈ ਆ ਉਹ ਨਹੀਂ, ਬਾਅਦ ਕਹਿੰਦੇ 10 ਮਿੰਟ ਵੀ ਨਹੀਂ ਚੱਲੀ ਹੈਗੀ, ਪਾਣੀ ਮੁੱਕ ਗਿਆ, ਉਹ ਤਾਂ ਵਿੱਚੇ ਲੈ ਕੇ ਚਲੇ ਗਏ ਆ, ਕਿਉਂਕਿ ਮੇਰੇ ਬੰਦੇ ਸੀ ਇੱਥੇ, ਮੈਂ ਤਾਂ ਹੈ ਨਾ ਸੀ। ਮੈਂ ਤਾਂ ਮੁੰਡਿਆਂ ਨੂੰ ਫੋਨ ਕੀਤਾ, ਉਹ ਨਹੀਂ ਆ ਕੇ ਬੁਝਾਈ ਆ, ਲਾ ਕੇ ਸੈੱਟ ਤਾਂ ਉੱਪਰੋਂ ਖਾਲੀ ਕਰਤਾ ਹੈ ਟਰਾਲਾ। ਕਿੰਨਾ ਟਾਈਮ ਅੱਗ ਲੱਗੀ? ਅੱਗ ਲੱਗੀ ਉਹ ਆ 1:30 ਵਜੇ ਤਕਰੀਬ ਦੀ, 1.5 ਘੰਟਾ ਹੋ ਗਿਆ। ਉੱਧਰ ਇਸ ਸੰਬੰਧੀ ਸਰਕਲ ਅੱਟਾ ਦੇ ਪਟਵਾਰੀ ਵਿਸ਼ਾਲ ਕੁਮਾਰ ਨੇ ਕਿਹਾ ਕਿ ਅੱਗ ਕਾਫੀ ਸਮਾਂ ਲੱਗੀ ਰਹੀ, ਜਿਸ 'ਤੇ ਕਾਫੀ ਮੁਸ਼ਕਲ ਤੋਂ ਬਾਅਦ ਕਾਬੂ ਪਾਇਆ ਗਿਆ। ਹਾਂਜੀ ਭਾਅ ਜੀ, ਕੀ ਨਾਮ? ਮੇਰਾ ਨਾਮ ਵਿਸ਼ਾਲ ਕੁਮਾਰ ਪਟਵਾਰੀ, ਸਰਕਲ ਅੱਟਾ ਦੇ ਵਿੱਚ ਤੈਨਾਤ ਹਾਂ। ਤਹਿਸੀਲ ਦੇ ਨਾਲ ਲੱਗਦੇ ਪਲਾਟ ਦੇ ਵਿੱਚ ਇੱਕ ਟਰਾਲੀ ਖੜ੍ਹੀ ਸੀਗੀ, ਪਰਾਲੀ ਦੀ ਭਰੀ ਹੋਈ, ਅਤੇ ਉਹਦੇ ਵਿੱਚ ਅੱਗ ਲੱਗ ਗਈ। ਪਰ ਅੱਗ ਲੱਗਣ ਦੇ ਕਾਰਨ ਤਾਂ ਨਹੀਂ ਪਤਾ ਲੱਗਾ, ਅਤੇ ਅੱਗ ਚੱਲਦੇ ਨੂੰ ਕਾਫੀ ਟਾਈਮ ਹੋ ਗਿਆ ਆ, ਅਤੇ ਉਹਨੂੰ ਫਾਇਰ ਵਾਲਿਆਂ ਨੂੰ ਫੋਨ ਕਰਕੇ ਹੁਣ ਅੱਗ ਬੁਝਾ ਦਿੱਤੀ ਗਈ ਆ, ਅਤੇ ਪਰ ਅੱਗ 'ਤੇ ਹੁਣ ਕਾਬੂ ਪਾ ਲਿਆ ਆ। ਪਾਣੀ ਵੀ ਭਾਅ ਜੀ ਕਹਿੰਦੇ ਖਤਮ ਹੋ ਗਿਆ ਸੀ ਉਹਦਾ ਜਲਦੀ? ਹਾਂਜੀ, ਉਹਦੇ ਵਿੱਚ ਪਾਣੀ ਦੇ ਕਹਿੰਦੇ ਪਾਣੀ ਦੀ ਟੈਂਕੀ ਦੇ ਵਿੱਚ ਪਾਣੀ ਥੋੜ੍ਹਾ ਸੀ ਭਾਅ ਜੀ ਉਹਨਾਂ ਦੇ ਵਿੱਚ। ਕਿੰਨਾ ਕੁ ਟਾਈਮ ਚੱਲੀ ਭਾਅ ਜੀ ਅੱਗ? ਟਾਈਮ ਮੈਨੂੰ ਤਕਰੀਬਨ 1.25 ਘੰਟਾ ਹੋ ਚੱਲਾ ਜੀ। Thank you.